ਅੱਲੈਕੁਮ ਸਤ ਸਫਤੇ ਦੇ ਦੂਸਰੇ ਮੇਲਬਾਕਸ ਵਿੱਚ ਮੈਂ ਤੁਹਾਡੀ ਹੋਸ ਡਾਕਟਰ ਰੂਪਾ ਅੱਜ ਦਾ ਪਹਿਲਾ ਕਮੈਂਟ ਸਰ ਗੁਜ਼ਾਰਿਸ਼ ਹੈ ਕਿ ਕਦੀ ਆਪਣੇ ਸ਼ੋਅ ਵਿੱਚ ਬਿਲਾਵਲ ਤੇ ਜ਼ਰਦਾਰੀ ਨੂੰ ਇਕੱਠੇ ਬੁਲਾਓ ਡਮੀ ਮਿਊਜ਼ੀਅਮ ਤੋਂ ਬਸ ਮੇਰਾ ਖਿਆਲ ਹੈ ਬੁਲਾਇਆ ਨਹੀਂ ਜਿਸ ਦਿਨ ਸ਼ਬਾਜ਼ ਸ਼ਰੀਫ ਦੇ ਘਰ ਆਏ ਨੇ ਉਹ ਅਸਲ ਵਿੱਚ ਉਸ ਮਾਸਕ ਪਾਇਆ ਹੁੰਦਾ ਨਾ ਜੀ ਜੀ ਉਹ ਮੇਬੀ ਇਨਾ ਸ਼ਾਇਦ ਸਿਆਤਾ ਨਾ ਹੋਵੇ ਉਹ ਮੇਬੀ ਸੈਂਟਰ ਸਟੇਜ ਸਮਝ ਰਿਹਾ ਹਾਂ ਉੱਥੇ ਕਹਿ ਰਹੇ ਹਨ ਭਾਜੀ ਫੰਟਾਂ ਦੀ ਕੁਲਫੀ ਹੁੰਦੀ ਅੱਛਾ ਅੱਛਾ ਮੜਵੀ ਜਾਂਦੀ ਸੀ ਬਹੁਤੀ ਠੰਢੀ ਆਇਆ ਐ ਰੱਬਾਂ ਪਾਂਟਾ ਦੀ ਕਿਹੜੀ ਗੁਲਫੀ ਹੁੰਦੀ ਐ ਉਹ ਜਿਹੜੀ ਵਿੱਚੋਂ ਬਾਹ ਪਾਗ ਨਹੀਂ ਕੱਢ ਕੇ ਦਿੰਦੇ ਤੀਲੇ ਵਾਲੀ ਆਈਸ ਕੈਂਡੀ ਉਹ ਤੁਸੀਂ ਨਹੀਂ ਖਾਂਦੀ ਤੁਸੀਂ ਮਾਸ਼ਾਅੱਲਾ ਵੱਡੇ ਲੋਕ ਸਾਨੂੰ ਪੁੱਛ ਜਿੰਨੇ ਘਰੇ ਤਬਾਕ ਹੁੰਦੇ ਹੋ ਬਾਈ ਆਈਸ ਕੈਂਡੀ ਮੈਨ ਪੜੀ ਜੇ ਬਹੁਤ ਸ਼ਾਨਦਾਰ ਕਿਤਾਬ ਬਿਪਸੀ ਸਿਧਵਾ ਜੀ ਬਹੁਤ ਲਾਜਵਾਬ ਕਾ ਬਾਤ ਉਹਦੇ ਉੱਤੇ ਫਿਲਮ ਵੀ ਬਣੀ ਕਿਤਾਬ ਵੀ ਬੜੀ ਲਾਜਵਾਬ ਹਮ ਸਰ ਰੀਸੈਂਟਲੀ ਦੋ ਸ਼ੋਜ਼ ਵਿੱਚ ਮੁਬੀਨ ਗਬੋਲ ਗਾਇਬ ਸੰ ਤੇ ਲੋਕੀ ਪਰੇਸ਼ਾਨ ਹੋ ਗਏ ਨੇ ਕਿੱਥੇ ਗਏ ਅੱਛਾ ਪਰੇਸ਼ਾਨ ਹੋਣ ਦੀ ਇਹਦੇ ਚ ਕੀ ਗੱਲ ਹੁੰਦੀ ਵੀ ਉਹ ਕਹਿੰਦੇ ਨੇ ਕਿ ਛੱਡਤੇ ਨਹੀਂ ਗਏ ਯਾਰ ਜੇ ਛੱਡ ਵੀ ਖੁਦਾ ਨਾ ਖਾਸਤਾ ਜੇ ਛੱਡ ਵੀ ਜਾਵਨ ਤੇ ਮੋੜ ਤੇ ਲੋਕੀ ਪਿਆਰ ਕਰਦੇ ਨੇ ਵੇਖਣਾ ਚਾਹੁੰਦੇ ਨੇ ਕਿਦਾਂ ਹੀ ਜਾ ਕੇ ਸ਼ੋਅ ਕਰਸਨ ਕਿ ਹੋਰ ਕੋਈ ਛੋਲਿਆਂ ਦੀ ਰੇੜੀ ਲਾ ਲੈ ਸਾਡੇ ਕੋਲ ਫਿਰ ਪਤਾ ਪੁੱਛਦੇ ਨੇ ਕਿੱਥੇ ਗਏ ਦੱਸ ਤੇ ਦਿਓ ਮਤਲਬ ਕਿਦਾਂ ਹੀ ਹੋਰ ਜਾ ਕੇ ਕਰਸਨ ਜਾਂ ਕੋਈ ਹੋਟਲ ਛੋਟਲ ਖੋਲ ਲੈ ਸਭ ਤੁਸੀਂ ਵੀ ਕੋਈ ਗੱਲ ਕਰੋ ਮੂੰਹ ਚ ਗੁਗਨੀਆਂ ਪਾ ਕੇ ਬੈਠੇ ਜੇ ਜਿਹੜੇ ਇੱਥੇ ਛੱਡ ਕੇ ਗਏ ਨੇ ਜੀ ਜੀ ਉਹ ਕਿਦਾਂ ਹੀ ਕੰਮ ਹੀ ਕਰਦੇ ਪੈਨ ਨਜ਼ਰ ਤਾਂ ਆਂਦੇ ਨੇ ਬਿਲਕੁਲ ਜੀ ਬਿਲਕੁਲ ਗਬੋਲ ਵੀ ਨਜ਼ਰ ਆਂਦਾ ਰਸ ਸੀ ਕਿਦਾਂ ਹੀ ਉਸ ਤੇ ਬੱਬੂ ਰਾਣਾ ਵੀ ਜੇ ਛੱਡ ਕੇ ਗਿਆ ਤਾਂ ਨਜ਼ਰ ਤਾਂ ਆਂਦਾ ਰਸ ਸੀ ਐਵੇਂ ਸੇ ਕੀ ਹਰਕਤ ਹੈ ਕੀ ਆਈਡੀਆ ਕੀ ਸੀ ਕੀ ਹਰਕਤ ਛੱਡ ਕੇ ਜਾਸੀ ਤੇ ਨਜ਼ਰ ਤਾਂ ਆਂਦਾ ਰਸੀ ਮੈਂ ਕੱਲ ਛੱਡ ਕੇ ਜਾਣਾ ਮੈਂ ਨਾ ਜਿਹੜਾ ਵੀ ਜਾਵੇ ਨਜ਼ਰ ਤਾਂ ਆਂਦਾ ਹੈ ਕਿ ਨਹੀਂ ਉਹ ਨਹੀਂ ਸਨੇਹਾਰੇ ਦੀ ਦੁਕਾਨ ਸਨੇਹਾਰੇ ਦੀ ਹੁੰਦੀ ਇਹ ਅੱਗੋਂ ਈਪੇ ਵਾਲੇ ਦੀ ਢੀਪ ਕਿ ਕੀ ਖਿਆਲ ਹੈ ਥੋ ਜਾ ਕੇ ਸੁਨਿਆਰ ਕਰਸੀ ਐ ਸੁਨੇ ਆ ਰਿਹਾ ਅੱਗੇ ਜਿੰਨੇ ਜਾਣਾ ਕਿਤੇ ਨਾ ਕਿਤੇ ਚਾਂਦੀ ਵਾਲੇ ਕੋ ਜਾਏਗਾ ਨਹੀਂ ਇਸ ਲਈ ਮੈਂ ਆਂਦਾ ਪਿਆ ਕਿ ਪਹਿਲੇ ਸੁਨੇ ਆ ਹੁੰਦਾ ਅੱਛਾ ਅੱਲਾ ਖੈ ਉਹ ਤੂੰ ਉਹ ਕੰਮ ਕਿਉਂ ਛੱਡਿਆ ਭਾ ਬੱਬੂ ਵੈਸੇ ਨੇ ਦੁਨੀਆ ਦਾ ਹਰ ਕੰਮ ਕੀਤਾ ਤੇ ਹਰ ਕੰਮ ਛੱਡਿਆ ਨੇ on the sister ਦੀ شادی ਆਈ ਉਸ ਬੜੀ ਗੱਜ-ਵੱਜ ਕੇ ਬੜੇ ਸ਼ਾਨਦਾਰ ਤਰੀਕੇ ਨਾਲ ਪਹਿੰਦਾ ਵਿਆਹ ਕੀਤਾ ਬੜਾ ਮਜ਼ਾ ਆ ਔਰ ਉਸ ਖੁਸ਼ੀ ਚ ਅਸੀਂ ਇੱਕ ਡਿਨਰ ਵੀ ਦੇ ਰਹੇ ਹਾਂ ਅਨਕਰੀਬ ਸਿਰਫ ਇਹ ਕਿ ਸਾਡੀ ਅਵੇਲੇਬਿਲਟੀ ਜਿਹੜੀ ਹੈ ਉਹ مشکوک ਹੁੰਦੀ ਰਹਿੰਦੀ ਹੈ ਚਾਹੀਦਾ ਮੈਂ ਜਿਹਦੇ ਰਿਹਾ ਮੈਂ ਮੈਂ ਵੱਡਾ ਬਿਰਾਨ ਆ ਮੈਂ ਲਾਲਾ ਕਿਆ ਬਾਤ ਤੇ ਮੈਂ ਦੱਸ ਜੀ ਇਹ ਗੁਗਣੀਆਂ ਕੀ ਹੁੰਦਾ ਗੁਗਣੀਆਂ ਅਸੀਂ ਆਨੇ ਕਨਕ ਦੇ ਦਾਣੇ ਦਾਣੇ ਦੇ ਉਹ ਬੜੇ ਟੇਸਟੀ ਹੁੰਦੇ ਆ ਕਿਸੇ ਜ਼ਮਾਨੇ ਦੀ ਡਿਲਾਈਟ ਹੁੰਦੀ ਸੀ ਬਿਲਕੁਲ ਸਹੀ ਹੁਣ ਤਾਂ ਲੋਕਾਂ ਨੂੰ ਟੇਸਟੀ ਚੇਂਜ ਹੋ ਗਿਆ ਵੇਰ ਦਾ ਟਾਈਮ ਪਾਰਕ ਜਾਈਏ ਨਾ ਇਹੋ ਜਿਹਾ ਬਾਬਾ ਤੇ ਖਲੋ ਕੇ ਲੱਗਾ ਹੁੰਦਾ ਔਰ ਉਹਨੇ ਬੁਨੈਣ ਵੀ ਲਾਈ ਹੁੰਦੀ ਇਸ ਕਦਰ ਇਬਰਤ ਨਾਕ ਲੱਗ ਰਿਹਾ ਹੁੰਦਾ ਸਰ ਗੁਗਣੀਆਂ ਪਕਾਈ ਦੀਆਂ ਕਿਸ ਤਰ੍ਹਾਂ उबाल के उबली हुई कनक कद नहीं खाती खाती शक्कर शक्कर तो कोई अफताब साहब एक गुजारिश भी करो पंचायत बैठा हो सकती है

ਪਤਾ ਵਜ੍ਹਾ ਕੀ ਹੈ ਹਾਂਜੀ ਇਹਨਾ ਉਹਦਾ ਕੁੱਲਾ ਪਾ ਕੇ ਬੈਠਾ ਹੈ ਸਿਰਾਨਾ ਨੜੀ ਹੁੱਕਾ ਮੰਜੀ ਦੋਰ ਵੀ ਅਸਾਂ ਦਿੱਤੀ ਹੋਈ ਤੇ ਭਰਾਵੇਂ ਮੂੰਹ ਫੁੱਟਦਾ ਹੋਵੇ ਅੱਛਾ ਹਾਂਜੀ ਇਹਨੇ ਖੁਦ ਹੀ ਮੋਟਰ ਬੰਦ ਹੋਈ ਹੈ ਉਹ ਗੱਲ ਕਰ ਬੇੜੀ ਬੁੱਢਿਆ ਚੁੱਪ ਕਰਕੇ ਬੈਠਦਾ ਚੌਧਰੀ ਤੇ ਅਸਲ ਦੂਸਰੀ ਹੋ ਪ੍ਰੋਗਰਾਮ ਦੇ ਸਾਡਾ ਤਾਂ ਸ਼ਸ਼ਕ ਹੀ ਆ ਜੀ ਪ੍ਰੋਗਰਾਮ ਦਾ ਚੌਧਰੀ ਹੋਣਾ ਹੋਰ ਗੱਲ ਹੈ ਐ ਸੈਗਮੈਂਟ ਵਿੱਚ ਚੌਧਰੀ ਦਾ ਤੇਰਾ ਰੋਲ ਹੈ ਤੈਨੂੰ ਚਾਹੀਦਾ ਫੋਕ ਵਿਜ਼ਡਮ ਦੀਆਂ ਗੱਲਾਂ ਕਰ ਆ ਗਾਨੇ ਬੋਲ ਗੱਲਾਂ ਇੰਨ ਕਰਕੇ ਜਿਵੇਂ ਗੱਲਾਂ ਕਰਨ ਦਾ ਹੱਕ ਹੁੰਦਾ ਬਾਸੋ ਜਿਹੜੀਆਂ ਉਧਰ ਆਉਂਦੀਆਂ ਜੀ ਮੈਂ ਉਹ ਕਰ ਦਿੰਦਾ ਨਹੀਂ ਦੇ ਤੇ ਤੁਸੀਂ ਕਿਸ ਮਰਜ਼ੀ ਦਿਵਾ ਘਰੋਂ ਕੋਈ ਤਿਆਰੀ ਕਰਕੇ ਕਿਉਂ ਨਹੀਂ ਆਂਦਾ ਤੂੰ ਇਹ ਕਿਹੜਾ ਕੋਈ ਕਾਮੇਡੀ ਹੈ ਕੋਈ ਜੁਗਤ ਕੋਈ ਸ਼ਰਾਰਤ ਤਾਂ ਨਹੀਂ ਨਾ ਜਿੰਨੇ ਚ ਮੇਰੀ ਮਦਦ ਦੀ ਜ਼ਰੂਰਤ ਹੈ ਤੁਸੀਂ ਘਰੋਂ ਪੜ ਕੇ ਆਓ ਗੁਰਮੀਤ ਪੜ ਕੇ ਆਵੇ ਸ਼ਕੀਲ ਸਾਹਿਬ ਪੜ ਕੇ ਆ ਹ ਨਲਾਈਕੀ ਤੁਹਾਡੀ ਆਪ ਦੀ ਤੇ ਮੇਰੇ ਖਾਤੇ ਪਾਏ ਰੱਖਦੇ ਹੋ ਤੁਹਾਨੂੰ ਪਤਾ ਘਰੋਂ ਫੁੱਲ ਥੱਕ ਕੇ ਆਂਦਾ ਪਤਾ ਮੈਂ ਮੰਜੀ ਤੇ ਜਾ ਕੇ ਬਹਿਣਾ ਮੈਂ ਤੁਹਾਨੂੰ ਵਾਰਨਿੰਗ ਦੇ ਰਿਹਾ ਕਿ ਅਗਲੇ اور ਪ੍ਰੋਡਿਊਸਰ ਸਾਹਿਬ ਤੁਹਾਡੇ ਨਾਲ ਵੀ ਮੁਖਾਤਬ ਹਮੈਂ ਕਿ ਅਗਲੇ ਸ਼ੋ ਜੇ ਮੈਨੂੰ ਟੋਰਨਾ ਪਿਆ ਨਾ ਇਹ ਮਾਮਲਾ ਜੀ ਤੇ ਮੈਂ ਮੈਥੂ ਬੁਰਾ ਕੋਈ ਨਹੀਂ ਤੇ ਮੇਰੇ ਵੱਲੋਂ ਚਿੱਟਾ ਜੇ ਧੋਤਾ ਹੈ ਸਰ ਸਾਰੇ ਰੰਗ ਪੰਜਾਬ ਦੇ ਵਿੱਚ ਹੁਣ ਤੱਕ ਲੌਰੀ ਰੰਗ ਨਜ਼ਰ ਨਹੀਂ ਆਇਆ ਕਿਉਂ ਨਹੀਂ ਆਇਆ ਜੀ ਲੌਰੀ ਰੰਗ ਨਜ਼ਰ ਮੇਬੀ ਉਹ ਜਿਹੜਾ ਕਹਿੰਦੇ ਨੇ ਅੰਦਰੂਨ ਸ਼ਹਿਰ ਦਾ ਹੁੰਦਾ ਹੈ ਰੇਡ ਨਹੀਂ ਨਹੀਂ ਬੜੀ ਦਫਾ ਇਹ ਲੌਰੀ ਰੰਗ ਨਹੀਂ ਤੇ ਹੋਰ ਕੀ ਹੈ ਪਨੋ ਲਾਲਪੁਰੀ ਹੈ ਪਹਿਲਵਾਨ ਕੀ ਹੋ ਗਿਆ ਲੋਰੀ ਹੈਗੀ ਇਹ ਹੋਰ ਕਿਹੜੀ ਬੋਲ ਰਹੇ ਅਸੀਂ ਪਕੋੜੇ ਹਾਂ ਇਹ ਲੋਰੀ ਵੀ ਹੈ ਤੇ ਗੁਜਰਾਵਾਲ ਵੀ ਵੀ ਹੈ ਦੋਆਂ ਦੇ ਵਿੱਚ ਇੱਕ ਬਰੀਕ ਜਿਹਾ ਫਰਕ ਹੈ ਔਰ ਉਹਨੂੰ ਪਤਾ ਹੈ ਕਿਸ ਤਰ੍ਹਾਂ ਹੈਂਡਲ ਕਰਨਾ ਚਲੋ ਕਿ ਜਾਨਣਾ ਚਾਹੁੰਦੇ ਨੇ ਕਿ ਤੁਹਾਡੇ ਪ੍ਰੋਗਰਾਮ ਕੋਸੋਟੀ ਦੇ ਵਿੱਚ ਜ਼ੂਮ ਵਿੱਚ ਕਿਵੇਂ ਸ਼ਾਮਿਲ ਹੋਈਏ ਅਸੀਂ ਸਕਰੀਨ ਦੇ ਉੱਤੇ ਈਮੇਲ ਐਡਰੈਸ WhatsApp ਨੰਬਰ ਰਿਫਲੈਕਟ ਕਰਨੇ ਜੇ ਨਹੀਂ ਕਰਦੇ ਤਾਂ ਬੜੀ ਨਲਾਇਕੀ ਕਰਨਾ ਤੇ ਉਸ ਦੇ ਜ਼ਰੀਏ ਰਾਬਤਾ ਕਰਨ ਸਾਡੇ ਨਾਲ ਆ ਗਏ ਨੇ ਸ਼ਿਲ ਸਾਹਿਬ

ਰਾਗ ਕੇ ਲਈ ਹੈ ਹਾਂ ਫਿਲਮ ਦੇਖਾਂ ਜਾਂ ਸਿਰਫ ਐਸੀ ਕੁਸ ਪੂਰੀ ਫਿਲਮ ਪੂਰੀ ਫਿਲਮ ਬੜੀ ਸ਼ਾਨਦਾਰ ਹੈ ਨਵਾਜ਼ੁद्दीन ਸਦੀਕੀ ਬਹੁਤ ਅੱਛੀ ਫਿਲਮ ਸਰ ਲੋਕਾਂ ਨੇ ਧੂਣੀ ਦਾ ਪਹਾੜਾ ਬਹੁਤ ਪਸੰਦ ਕੀਤਾ ਜਿਹੜਾ ਬੱਬੂ ਨੇ ਸੁਣਾਇਆ ਸੀ ਹਾਂ ਜੀ ਹਾਂ ਤੇ ਬਹੁਤ ਸ਼ਾਨਦਾਰ ਇੱਕ ਦੂਣੀ ਦੂਣੀ ਦੋ ਦਨੀ ਚਾਰ ਵਾਲਾ ਓ ਡੋਲਕੀ ਦੇ ਰਾਗ ਤੁਸੀਂ ਦੱਸਿਆ ਸੀ ਇੱਕ ਸਾਹਿਬ ਨੇ ਉਹਨਾਂ ਨਾਲ ਡਿਫਰ ਵੀ ਕੀਤਾ ਕਿ ਨਹੀਂ ਇਹ ਨਹੀਂ ਸੀ ਹਾਲਾਂਕਿ ਮਸਰਾ ਕੇ ਐਸੀ ਸਰੇਗਾ ਗਏਗਾ ਸ ਇਹ ਬੜਦਾ ਸੀ एक दोनी दूनी दो दूनी चार नहीं है सुर से जैसे को वाह 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 वो मुरख रखन नहीं एक दोनी दूनी दो दूनी चार एक दोनी दूनी दो दूनी चार तेन दूनी छे चार दूनी अट्ठ पंजो दूनी दस छे ओ दूनी बारह मैंने आज तक दूनी का पहाड़ा ਮਾਲਕ ਉਸ ਮੈਂ ਨਹੀਂ ਸੁਣਾ ਸੁਭਾਨ ਸੁਭਾਨ ਅਲ੍ਹਾਕ ਮਿਠੈਰੋ ਜੀ ਉਸਤਾਦ ਜੀ ਮੇਰੇ ਸਿਰਾਂ ਤੁਸੀਂ ਇੱਕ ਦੂਣੀ ਦੂਣੀ ਦੋ ਦੂਣੀ ਚਾਰ ਚਾਰ ਆਏ ਅੱਛਾ ਗਾ ਗਾ ਦਾ ਇੱਕ ਦੂਣੀ ਦੂਣੀ ਦੋ ਦੂਣੀ ਚਾਰ ਇੱਕ ਦੂਣੀ ਦੂਣੀ ਦੋ ਦੂਣੀ ਚਾਰ ਤਿੰਨ ਦੂਣੀ ਚਾਰ ਹਰਾਂ ਦਸ ਦੁਨੀਆ ਖਾਰਾ ਦਸ ਦੂਣਾ ਵੀ ਕਿਉਂਕੇ ਦੂਣੀ ਦੂਣੀ ਦੋ ਦੁਨੀਆ ਤੇ ਦੋਣੀ ਦੂਣੀ ਦੋ ਦੁਨੀਆ ਤੇ ਦੋਣੀ ਦੂਣੀ ਦੋ ਦੁਨੀਆ ਹਰ ਤੇਰੇ ਸੁਨਾਨ ਦੇ ਵਿੱਚ ਵੀ ਤਬਦੀਲੀ ਆ ਸਕਦੀ ਹੈ ਇਹ ਜਿੰਨੇ ਪਹਾੜੇ ਨਾ ਹਰ ਪਹਾੜੇ ਦਾ ਇੱਕ ਰਾਗ ਨਹੀਂ ਇੱਕ ਪਹਾੜਾ ਤੂੰ 5-7 ਰਾਗਾਂ ਚ ਸੁਣਾ ਸਕਦਾ ਜੀ ਵਜਾ ਸਰ ਮੈਂ ਗਾਇਕ ਬਹੁਤ ਅੱਛਾ ਨਹੀਂ ਇਹ ਨਟ ਬਹੁਤ ਅੱਛਾ ਨਟ ਜਿਹੜੇ ਹੁੰਦੇ ਨਾ ਨਟ ਇੱਕ ਮਜ਼ਾਕ ਨਹੀਂ ਹੈਗਾ ਨਟ ਦਾ ਵਜ਼ਨ ਵੇਖਿਆ ਤੂੰ ਨਟ ਬਹੁਤ ਅੱਛਾ ਨਟ ਤੇ ਪੂਰਾ ਵਜ਼ਨ ਦਿੱਤਾ ਨਹੀਂ ਨਟਾਂ ਦੇ ਆਲਾਪ ਨਟਾਂ ਦੀ ਗਾਇਕੀ ਹੋਤੇ ਬੜੇ ਗੁਲਾਮ ਅਲੀ ਨੂੰ ਮਾਇਮ ਕਰਦੇ ਵਾਹ ਇਹ ਮੇਰੇ ਹੱਕ ਚ ਗੱਲ ਦੇ ਜਾਂ ਨਾ ਨਟ ਉਹ ਹੀ ਹੁੰਦਾ ਜਿਹੜਾ ਸਾਰਿਆਂ ਨੂੰ ਵੇਖੂ ਕਿ ਉਹਨੂੰ ਵੀ ਵੇਖ ਗਾਤਾ ਉਹਨੂੰ ਵੀ ਵੇਖ ਗਾਤਾ ਜੀ ਵੇਖਿਆ ਬਹੁਤ ਬੰਦਿਆਂ ਨੂੰ ਤੁਸੀਂ व्यूअर्स यूज़ ऐसी अच्छी प्रोग्राम होने वाला होया ग्रुपरा दा हैप्पी वॉचिंग। आवारा भावरे जो होले होले गाए फूलों के तन पे आवाहे सरसर आवाहे सरसर राए कोयल के कोहो कोहो बगले के बगले की नहीं बगले की बगले की नहीं पीयेगी की नहीं पीऊं पीऊं पीऊं

गर्ण। 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 के लिए मैं एक वो लेकिन वो लेकिन हो गई अच्छा है क्या आप शुरू करें ना वो टॉप आखिरी दस मिनट है पागल किसे कह रहे हो तुम पागल कहा किसे एक 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 मिनट